ਤੇ ਵਕਫੇ ਦੇ ਬਾਅਦ ਸਵਾਗਤ ਹੈ ਜੀ। ਗੱਲ ਕਰ ਰਹੇ ਹਾਂ ਪੰਜਾਬ ਰੈਫਰੈਂਡਮ 2020 ਲੰਡਨ ਵਿਖੇ 12 ਅਗਸਤ ਨੂੰ ਜਿਹੜਾ ਇਕੱਠ ਹੋਣਾ ਜੀ, ਉਸ ਮੁਤਲਕ ਵਿਚਾਰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੇ ਹਨ ਤੇ ਕਈ ਸਾਡੇ ਨਾਲ ਜੁੜੇ ਹਨ ਨੁਮਾਇੰਦੇ ਜਿਨ੍ਹਾਂ ਨੇ ਕਿਹਾ ਕਿ ਇਹ ਫਰੋਡ ਹੈਗਾ। ਇਸ ਮੁਤਲਕ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਜਸਵੰਤ ਸਿੰਘ ਜੁੜੇ ਸੀਗੇ ਸਾਡੇ ਨਾਲ, ਠੇਕੇਦਾਰ ਜੋ ਕਿ ਬੀਰ ਖਾਲਸਾ ਦਲ 'ਚ ਸੀਗੇ, ਅਤੇ ਆਰਪੀ ਸਿੰਘ ਜੁੜੇ ਸੀਗੇ, ਉਹ ਹਿਮਾਇਤ ਕਰਦੇ ਹੋਏ ਨਜ਼ਰ ਨਹੀਂ ਆਏ। ਲੇਕਿਨ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਿੱਖ ਫੋਰ ਜਸਟਿਸ ਦੇ ਨੁਮਾਇੰਦਿਆਂ ਨੂੰ ਫੋਨ ਕਰਨ ਦੀ, ਅਤੇ ਉਹਨਾਂ ਨੇ ਹਜੇ ਤੱਕ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ। ਵੀ ਆਰ ਟਰਾਇੰਗ ਟੂ ਕਾਲ ਦੈਮ ਐਂਡ ਟੇਕ ਦੇਅਰ ਰਿਐਕਸ਼ਨ ਔਨ ਦਿਸ, ਬਟ ਮੈਂ ਚਾਹਾਂਗਾ ਕਿ ਇਸ ਮੁਤਲਕ ਤੁਸੀਂ ਕੀ ਕੁਛ ਕਹਿਣਾ ਚਾਹੁੰਦੇ ਹੋ, ਜਿਹੜੇ ਸਾਡੇ ਵਿਊਅਰਸ ਨੇ, ਅਸੀਂ ਤੁਹਾਡੇ ਰਿਐਕਸ਼ਨ ਜ਼ਰੂਰ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ ਜੀ। ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਅਗਰ ਜਿਹੜਾ ਅਗਰ ਮੁੱਦਾ ਇਹਨਾਂ ਨੇ ਉਠਾਇਆ ਪੰਨੂ ਸਾਹਿਬ ਨੇ ਕਿ ਰੈਫਰੈਂਡਮ ਹੈਗਾ, ਉਹਦਾ ਕੋਈ ਹਰਜ ਨਹੀਂ ਹੈਗਾ। ਰੈਫਰੈਂਡਮ ਦੇ ਵਿੱਚ ਕੀ ਹੈ ਕਿ ਲੋਕਾਂ ਦੀ ਓਪੀਨੀਅਨ ਲਈ ਜਾਂਦੀ ਆ, ਕੋਈ ਲਾਠੀ ਸੋਟੇ ਦੇ ਨਾਲ ਜਾਂ ਬੰਦੂਕਾਂ ਦੇ ਨਾਲ ਕਿਸੇ ਨੂੰ ਕੋਈ ਮਾਰਿਆ ਨਹੀਂ ਜਾਂਦਾ। ਦਿਸ ਨੋ ਹਾਰਮ ਜੀ, ਕਿਉਂਕਿ ਅੱਛਾ ਫਿਰ ਉਸ ਤੋਂ ਪਹਿਲਾਂ ਕਿ ਇੱਕ ਦੋ ਵਾਰੀ ਕੁਛ ਬੰਦੇ ਆਏ ਹੈਗੇ ਆ, ਉਹ ਕ੍ਰਿਟੀਸਾਈਜ਼ ਕਰਦੇ ਸੀਗੇ ਜੀ ਪੰਨੂ ਨੂੰ ਵੀ, ਤੇ ਹੋਰ ਵੀ ਕਹਿੰਦੇ ਸੀਗੇ ਜੀ ਸਾਨੂੰ ਪੰਜਾਬੀ ਸੂਬਾ ਮਿਲ ਗਿਆ, ਹੋਰ ਕੀ ਚਾਹੀਦਾ। ਦੀਸ ਵਰ ਦੀ ਵਰਡਸ ਜੀ। ਉਹ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਪੰਜਾਬੀ ਸੂਬਾ ਕੀ ਮਿਲ ਗਿਆ, ਵਟ ਇਜ਼ ਦੀ ਡੈਫੀਨੇਸ਼ਨ ਆਫ ਪੰਜਾਬੀ ਸੂਬਾ? ਉਹ ਪੰਜਾਬੀ ਸੂਬਾ ਜਿੱਥੇ ਸਿੱਖਾਂ ਦੇ ਨਾਲ ਇਹ ਕੁਛ ਹੋ ਰਿਹਾ, ਜੋ ਕੋਈ ਨਿਸ਼ਾਨ ਸਾਹਿਬ ਲੈ ਕੇ ਜਾਂਦਾ ਆਪਣੇ ਯੰਗਸਟਰ, ਉਹਨੂੰ ਭੰਨ ਤੋੜ ਕੀਤੀ ਜਾਂਦੀ, ਉਹਨਾਂ ਨੂੰ ਜੇ ਕੋਈ ਫੋਟੋ ਲਗਾਉਂਦਾ ਉਸਨੂੰ ਜੇਲ੍ਹ ਚ ਪਾਇਆ ਜਾਂਦਾ, ਪਾਸਪੋਰਟ ਲੈਣਾ ਹੋਵੇ ਤੇ ਕਹਿੰਦੇ ਪਗੜੀ ਤਾਰੋ, ਇਹ ਪੰਜਾਬੀ ਸੂਬਾ ਹੋ ਗਿਆ ਜੀ। ਕਈਆਂ ਨੇ ਕ੍ਰਿਟੀਸਾਈਜ਼ ਕੀਤਾ, ਫਿਰ ਕਈਆਂ ਨੇ ਕਿਹਾ ਕਿ ਜੀ ਤੁਸੀਂ ਅਗਰ ਲੜਾਈ ਲੜਨੀ ਆ ਪੰਜਾਬ ਚ ਜਾ ਕੇ ਲੜੋ। ਮੈਂ ਪੁੱਛਣਾ ਕਿ ਆਜ਼ਾਦੀ ਦੀ ਇਸ ਵੇਲੇ ਜੰਗ ਹੋਈ ਸੀਗੀ, ਸੁਭਾਸ਼ ਚੰਦਰ ਬੋਸ ਨੇ ਉਹ IN ਨੇ ਬਣਾਈ ਸੀ ਕਿੱਥੇ ਸੀਗੀ? ਜਪਾਨ ਦੇ ਵਿੱਚ ਸੀ ਨਾ, ਬਾਹਰ ਹੀ ਸੀਗੀ ਜੀ ਜੀ। ਫਿਰ ਲੜਾਈ ਦੇ ਉਹਨਾਂ ਦੇ ਦਿਨਾਂ ਦੇ ਵਿੱਚ ਕ੍ਰਿਸ਼ਨਾ ਮੈਨਨ ਇੱਥੇ ਹਾਈਟ ਪਾਰਕ ਕਾਰਨਰ ਦੇ ਉੱਤੇ ਸਪੀਚਾਂ ਦਿੰਦਾ ਸੀ ਆਜ਼ਾਦੀ ਵਾਸਤੇ ਜੀ। ਉਹ ਵੀ ਇੱਥੇ ਸੀਗੀਆਂ, ਦੂਸਰੇ ਕੰਟਰੀ ਦੇ ਵਿੱਚ ਹੀ ਜੀ। ਸੋ ਵਟ ਵਟਸ ਦੀ ਹਾਰਮ? ਫਿਰ ਦੂਸਰੇ ਜਿਹੜਾ ਹੈ ਆਰਪੀ ਸਿੰਘ ਜੀ, ਆਈ ਸੇ ਇਟ ਇਜ਼ ਅ ਟੋਟਲੀ ਨੌਨਸੈਂਸ ਹੀ ਵਾਸ ਟਾਕਿੰਗ ਜੀ। ਕਹਿੰਦਾ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਗੱਲ ਕਰੂ, ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਸਾਨੂੰ ਪ੍ਰੋਬਲਮ ਹੈਗੀ ਹੈ ਪੰਜਾਬ ਦੀ ਪੋਲਿਟਿਕਸ ਦੇ ਨਾਲ। ਉਧਰਲੇ ਪਾਸੇ ਕਿਸੇ ਨੂੰ ਲੈ ਗਿਆ ਇਹ? ਦੇਰ ਇਜ਼ ਨੋ ਰੈਸ਼ਨਲਿਜ਼ਮ ਇਨ ਹਿਸ ਟਾਕ ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਜੀ, ਹੋਰ ਵੀ ਮੇਰੇ ਨਾਲ ਕਾਲਰ ਜੁੜ ਰਹੇ ਨੇ, ਉਹਨਾਂ ਦੀ ਪ੍ਰਤੀਕਿਰਿਆ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਸੀਂ ਲੰਡਨ ਬੋਲਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਕਹਿਣਾ ਚਾਹੁੰਦੇ ਜਿਹੜੇ ਪਹਿਲਾਂ ਬੋਲ ਕੇ ਗਏ ਸੀ ਬਜ਼ੁਰਗ ਜੀ, ਉਹ ਕਹਿੰਦਾ ਕੋਈ ਉਹ ਨਾਲ ਨੀ ਹੈਗਾ, ਉਹਦੇ ਨਾਲ ਤਾਂ ਸਾਰੀ ਦੁਨੀਆਂ ਨੂੰ ਸ਼ਾਂਤੀਆਂ ਹੀ ਚੰਨ ਤੇ ਇਦਾਂ ਬੋਲਦੇ ਨੂੰ ਜੀ, ਸਿੱਖ ਹੋ ਕੇ ਬੋਲਦਾ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਰੱਖੀ। ਹੋਰ ਵੀ ਕੋਲਰ ਸਾਡੇ ਨਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਮੇਸ਼ਾ ਸਾਨੂੰ ਬਹੁਤ ਵਧੀਆ ਵਿਚਾਰ ਮਿਲਦੇ ਨੇ ਜੀ ਜੀ ਜੀ। ਹਾਂਜੀ, ਅਸੀਂ ਇੱਕ ਅੰਕਲ ਜੀ ਆਏ ਸੀਗੇ, ਉਹ ਥੋੜਾ ਜਿਹਾ ਗਲਤ ਬੋਲ ਕੇ ਗਏ ਆ, ਪਰ ਸਾਨੂੰ ਦੁੱਖ ਲੱਗਾ ਆ। ਜੇ ਕਿਸੇ ਨੇ ਇਨਸਾਫ਼ ਦੀ ਆਪ ਮੋਹਰੇ ਹੋ ਕੇ ਲੜਾਈ ਨੀ ਲੜਨੀ, ਅਸੀਂ ਕਿਸੇ ਨੂੰ ਗਲਤ ਨੀ ਕਹਿ ਸਕਦੇ ਹੈਗੇ ਜੀ, ਕਿਸੇ ਨੂੰ ਵੀ ਗਲਤ ਨੀ ਕਹਿ ਸਕਦੇ ਹੈਗੇ। ਜਿਹਨੇ ਸੱਚਾਈ ਦੇ ਨਾਲ ਲੜਾਈ ਲੜਨੀ ਆ, ਉਹ ਕਿਸੇ ਕੰਟਰੀ ਵਿੱਚ ਵੀ ਬੈਠ ਕੇ ਲੜ ਸਕਦਾ ਆ ਜੀ। ਹਾਂਜੀ, ਤਾਂ ਸਾਨੂੰ ਉੱਥੇ ਤੁਸੀਂ ਆਪ ਦੇਖੋ, ਕੋਈ ਵੀ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕਿਸੇ ਦੀ ਵੀ ਪ੍ਰੋਟੈਕਸ਼ਨ ਇੰਡੀਆ ਵਿੱਚ ਸਹੀ ਨੀ ਗੇ। ਸਾਰੇ ਹੀ ਚਾਹੁੰਦੇ ਨੇ ਕਿ ਸਾਨੂੰ ਆਪਣਾ ਖਾਲਿਸਤਾਨ ਮਿਲੇ, ਸਾਡਾ ਇੰਡੀਪੈਂਡੈਂਟ ਆਪਣੀ ਕੰਟਰੀ ਹੋਵੇ, ਸਾਰਾ ਕੁਛ ਹੋ ਸਕਦਾ ਆ ਜੀ ਜੀ ਜੀ। ਹਾਂਜੀ ਭਾਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਥੈਂਕ ਯੂ ਫੋਰ ਤੁਸੀਂ ਮੇਰੀ ਕਾਲ ਅਟੈਂਡ ਕੀਤੀ। ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਵੈਰੀ ਮੱਚ।
ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਚੱਲੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਦਰ ਬੋਲਿਆ ਗਈ ਫੁੱਲ ਜੀ। ਬਾਬੇ ਨਾਨਕ ਨੇ ਜੇ ਤੇ ਲੰਗਰ ਲਗਾਇਆ ਸੀਗਾ, ਬੋਲਿਸ ਜੋਨਸਨ ਦਾ ਘਰ ਨੂੰ ਭੇਜੀ ਤੇ ਕਿਸੇ ਸੇਲ ਦਾ ਘਰ ਨੂੰ ਭੇਜੀ, ਉਹਨੂੰ ਵੇਚ ਦਿੱਤਾ, ਬੋਲਿਸ ਜੋਨਸਨ ਆਪਣਾ ਖਾਲੀ ਨਹੀਂ ਕੀਤਾ। ਇਹ ਖਾਲਿਸਤਾਨ ਜਾਣਾ ਇੰਪੋਸੀਬਲ ਹੈ, ਇਹ ਕਾਬੁਲ ਤੋਂ ਚਾਲ ਚੱਲ ਰਹੀ ਹੈ, ਕਬੂਲ ਕਰਨਾ ਸ਼ੇਸ਼ ਨਾਗ ਉੱਥੋਂ ਚੱਲੇ ਆਇਆ, ਜੰਗ ਡਿਗਰੀ ਉੱਥੇ ਚੱਲੀ ਹੈ, ਸ਼ੇਸ਼ ਨਾਗ ਦੇ ਵਿੱਚ ਪਿੱਛੇ ਪੰਜ ਕੰਟੀਨੈਂਟ ਹੈਗੇ। It's impossible to defeat him, but Khalistan's dream, ਇਹ ਅਕਾਲ ਅਕਾਲ ਕਿਹਾ ਸੀ, ਅਕਾਲ ਤੋਂ ਅਕਾਲ ਬਣਾ ਸੀ, ਖਾਲਿਸਤਾਨ ਨੇ ਬਣਾ ਸੀ। It's impossible to get. ਠੀਕ ਹੈ ਸੁਰਿੰਦਰ ਸਿੰਘ ਜੀ, ਧੰਨਵਾਦ ਆਪਣੀ ਗੱਲ ਸਾਡੇ ਨਾਲ ਰੱਖਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਅਸੀਂ ਬਸ ਬੈਠੇ ਪ੍ਰੋਗਰਾਮ ਸੁਣ ਰਹੇ ਸੀਗੇ ਤੁਹਾਡਾ। ਜੀ ਜੀ ਜੀ, ਤੇ ਆਪਣੇ ਨਾ ਜਿਹੜਾ ਆਪਣਾ 2020 ਦਾ ਆਪਣਾ ਹੋ ਰਿਹਾ ਆ 12 ਤਰੀਕ ਨੂੰ, ਉਹਦੇ ਬਾਰੇ ਗੱਲ ਕਰਨੀ ਸੀਗੀ। ਮੈਂ ਕਿਹਾ ਬਈ ਉਹ ਦੇਖੋ ਜੋ ਵੀ ਹੋ ਰਿਹਾ ਨਾ, ਮੇਰੇ ਹਿਸਾਬ ਨਾਲ ਉਹ ਬਿਲਕੁਲ ਠੀਕ ਆ, ਆਪਣੇ ਹੱਕ ਆ, ਰਾਈਟ ਆ। ਜਦ ਆਪਾਂ ਨੂੰ UN ਵਿੱਚ ਇਹ ਮੁੱਦਾ ਉੱਠਿਆ ਆ, ਸਾਰਾ ਕੁਛ ਹੋ ਚੁੱਕਾ, ਉਹਨਾਂ ਨੇ ਦੱਸ ਦਿੱਤਾ ਆ ਵੀ ਤੁਸੀਂ ਕਰ ਸਕਦੇ ਹੋ, ਗੌਰਮੈਂਟ ਨੇ ਵੀ ਇੱਥੇ ਲਾਅ ਕਰ ਦਿੱਤਾ, ਤੇ ਫਿਰ ਲੋਕਾਂ ਨੂੰ ਤਕਲੀਫ ਕਾਹਦੀ ਆ, ਮੈਨੂੰ ਇਹ ਸਮਝ ਨਹੀਂ ਆ ਰਹੀ ਹੈਗੀ। ਤੇ ਜੇ ਜੇ ਕੋਈ ਬੰਦਾ ਕਰ ਨਹੀਂ ਕੁਛ ਸਕਦਾ, ਉਹ ਆਪਣੇ ਘਰ ਬਹਿ ਕੇ ਬਹਿ ਜਾਵੇ ਨਾ, ਜਿਹੜਾ ਬੈਠੇ ਵੀ ਆ। ਤੇ ਦੂਸਰੀ ਗੱਲ ਇਹ ਵੀ ਆ ਵੀ ਜਿਹੜੇ ਆਪਣੇ ਠੇਕੇਦਾਰ ਆ, ਜਸਵੰਤ ਸਿੰਘ ਵੀ ਆਏ ਆ, ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਆ, ਇੰਨੀ ਚੰਗੀ ਤਰ੍ਹਾਂ ਜਾਣਦਾ ਵੀ ਇਹਨਾਂ ਨੇ ਵੀ ਇੱਥੇ ਬੜਾ ਪੈਸਾ ਵਢਿਆ ਆ ਖਾਲਿਸਤਾਨ ਦੇ ਨਾਂ ਤੇ ਪਹਿਲਾਂ। ਜੀ ਠੀਕ ਨੇ ਜੀ, ਅੱਜ ਇਹਨਾਂ ਨੂੰ ਗੁਰਦੁਆਰੇ ਚੋਂ ਵੀ ਪਹਿਲਾਂ ਕੱਢਿਆ, ਇਹਨਾਂ ਨੂੰ ਆਪਣੇ ਗੁਰਦੁਆਰੇ ਬਣਾਏ ਨੇ ਵੱਖਰੇ ਜੀ ਬਰੋਡਵੇ ਤੇ ਜੀ, ਢੇਸੀ ਸਾਹਿਬ ਨਾਲ ਕੇਸ ਕੀਤਾ ਇਹਨਾਂ ਨੇ ਜੀ, ਕਈ ਗੱਲਾਂ ਕੀਤੀਆਂ, ਪਰ ਆਪਾਂ ਇਹ ਨਹੀਂ ਕਹਿੰਦੇ ਚਲੋ ਠੀਕ ਹੈ, ਕਹਿਣਾ ਪੈਂਦਾ ਕਿਉਂਕਿ ਦੁੱਖ ਹੁੰਦਾ। ਇਹੀ ਬੰਦੇ ਆ ਜਿਹੜੇ ਚੌਧਰੀ ਹੁਣ ਇਸ ਟਾਈਮ ਪਹਿਲਾਂ ਬਣੇ ਹੋ ਸੀਗੇ, ਹੁਣ ਇਸ ਟਾਈਮ ਇਹੀ ਬੰਦੇ ਜਿਹੜੇ ਲੋਕਾਂ ਨੇ ਜਿਹੜਾ ਆਪਣੇ ਬੰਦੇ ਨੇ ਵੱਢ ਰਹੇ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਪੰਜਾਬ ਰੈਫਰੈਂਡਮ 2020 ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਬਿਲਕੁਲ ਉਹਦੇ ਹੱਕ 'ਚ ਹਾਂ ਜੀ, ਅਸੀਂ ਜਾ ਰਹੇ ਹਾਂ, ਪੂਰੀ ਸਪੋਰਟ ਕਰਦੇ ਹਾਂ ਪੰਨੂ ਸਾਹਿਬ ਹੁਣਾਂ ਦੀ ਜੀ। ਤੇ ਜਿੱਦਾਂ ਭੋਲ ਸਾਹਿਬ ਨੇ ਵੀ ਕਿਹਾ ਬਈ ਇਹ ਲੋਕ ਜੇ ਕਹਿੰਦੇ ਡਰਾਮਾ ਆ ਤਾਂ ਉਹਨੂੰ ਇੱਕ ਤਰ੍ਹਾਂ ਮੋਹਰੇ ਆਉਣ ਦਿਓ, ਫਿਰ ਨਾ ਦੇਖ ਤਾਂ ਲੈਣਾ ਵੀ ਕੀ ਹੋ ਰਿਹਾ। ਮਤਲਬ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਆਖਿਰਕਾਰ ਜਿਹੜੀ ਇਹ ਗੱਲ ਹੋ ਰਹੀ ਹੈ ਜ਼ਮੀਨੀ ਪੱਧਰ ਤੇ ਕਿ ਫਾਇਦਾ ਨਫਾ ਹੋਏਗਾ ਨੁਕਸਾਨ ਹੋਏਗਾ, ਤੁਸੀਂ ਇਹ ਚੀਜ਼ ਵੇਖਣਾ ਚਾਹੁੰਦੇ ਹੋ? ਦੇਖਣਾ ਚਾਹੁੰਦੇ ਹੋ। ਦੂਸਰੀ ਗੱਲ ਇਹ ਵੀ ਦੇਖੋ ਤੁਸੀਂ ਵੀ ਸਕਾਟਲੈਂਡ ਦੇ ਤੇ ਇੰਗਲੈਂਡ ਨੇ ਰੈਫਰੈਂਡਮ ਕਰਾਇਆ ਜੀ, ਇਸ ਨੂੰ ਕੋਈ ਪ੍ਰੋਬਲਮ ਹੋਈ? ਜੀ ਜੀ ਜੀ, ਮੈਂ ਚਾਹਾਂਗਾ ਬਹੁਤ ਬਹੁਤ ਆਪਣੇ ਵਿਊ ਦਿੱਤੇ ਉਹਨਾਂ ਨੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਮੈਂ ਚਾਹਾਂਗਾ ਆਪਣੇ ਕਾਲਰਸ ਨੂੰ ਰਿਕੁਐਸਟ ਕਰਾਂਗਾ ਕਿ ਅਗਰ ਸਿੱਖ ਫੋਰ ਜਸਟਿਸ ਦੇ ਸਾਨੂੰ ਕੋਈ ਨੁਮਾਇੰਦਾ ਸੁਣ ਪਾ ਰਹੇ ਹਨ ਇਸ ਟਾਈਮ, ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਫੋਨ ਕਰਨ ਦੀ, ਲੇਕਿਨ ਤੁਹਾਡਾ ਫੋਨ ਰਿਵਰਟ ਨਹੀਂ ਆ ਰਿਹਾ ਨਾ, ਤੁਸੀਂ ਫੋਨ ਸਾਡਾ ਚੱਕ ਰਹੇ ਹੋ। ਜੇਕਰ ਤੁਸੀਂ ਸੁਣ ਪਾ ਰਹੇ ਹੋ ਸਾਨੂੰ ਤਾਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਤੁਹਾਨੂੰ ਕਾਲ ਕਰ ਸਕਦੇ ਹੋ ਤੁਸੀਂ ਇਸ ਹੇਠ ਲਿਖੇ ਲਾਈਵ ਨੰਬਰ ਦੇ ਉੱਤੇ, ਔਰ ਤੁਸੀਂ ਗੱਲ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਰਾਓਗੇ ਤੁਸੀਂ ਪੰਜਾਬ ਦੇ ਵਿੱਚ ਰੈਫਰੈਂਡਮ 2020। ਇਸ ਬ੍ਰੇਕ ਤੋਂ ਉਸ ਬਾਅਦ